ਤੇ ਮੈਂ ਆਪਣੀ ਬੇਟੀ ਨੂੰ ਆਪਣੇ ਕਾਂਧੇ ਤੇ ਚੁੱਕਿਆ ਹੁਣ ਦਿੱਲੀ ਵਿੱਚ ਜਲਦੀ ਨਾਲ ਬਾਦਸ਼ਾਹ ਦੇ ਹਰਮ ਦੇ ਵਿੱਚ ਜਲਦੀ ਨਾਲ ਸਲਾਮ ਹੋ ਜੀ ਰਸ਼ ਬਹੁਤ ਜ਼ਿਆਦਾ ਸ਼ਾਹ ਜੀ ਰਸ਼ ਬਹੁਤ ਜ਼ਿਆਦਾ ਮੇਰੀ ਬੇਟੀ ਮੇਰੇ ਕਾਂਧਿਆਂ ਦੇ ਵਿੱਚ ਤੇ ਮੇਰਾ ਮੌਲਾ ਅਲੀ ਸ਼ਹਿਨਸ਼ਾਹ ਦੀ ਜ਼ਰੀ ਪਾਕ ਨਾਲ ਹੱਥ ਲੱਗਾ ਜਿਹੜੇ ਵੇਲੇ ਹੱਥ ਲੱਗਾ ਤੇ ਮੈਂ ਸਾਈਂ ਦੇ ਅੱਗੇ ਇੱਕੋ ਹੀ ਅਰਜ਼ ਕੀਤੀ ਮੈਂ ਕਿਹਾ ਬਾਦਸ਼ਾਹ ਇੰਨਾ ਕੁ ਅਮੀਰ ਕਰਦੇ ਹੋ ਇੰਨਾ ਕੁ ਅਮੀਰ ਕਰਦੇ ਹੋ ਕਿ ਜਦੋਂ ਵੀ ਦਿਲ ਕਰੇ ਤੁਹਾਡੇ ਪੁੱਤਰਾਂ ਦੀ ਜ਼ਿਆਰਤ ਕਰ ਸਕਾਂ ਸੁਭਾਨ ਅੱਲਾ ਇੰਨਾ ਕੁ ਅਮੀਰ ਕਰਦੇ ਹੋ ਸੁਭਾਨ ਕਿ ਜਦੋਂ ਦਿਲ ਕਰੇ ਤੁਹਾਡੇ ਪੁੱਤਰਾਂ ਦੀ ਜ਼ਿਆਰਤ ਕਰ ਸਕਾਂ ਤੇ ਅੱਗੋਂ ਬਾਦਸ਼ਾਹ ਦੇ ਵਿਹੜੇ 'ਚੋਂ ਆਵਾਜ਼ ਕੀ ਆਈ ਹੈ ਉਹ ਤੁਹਾਡੇ ਗੋਸ਼ ਗੁਜ਼ਾਰ ਕਰ ਰਹੇ ਹਾਂ ਮੌਲਾ ਅਲੀ ਸ਼ਹਿਨਸ਼ਾਹ ਦੇ ਵਿਹੜੇ ਵਿੱਚ ਇਹ ਅਰਜ਼ ਕੀਤੀ ਹੈ ਤੇ ਬਾਦਸ਼ਾਹ ਦੇ ਵਿਹੜੇ 'ਚੋਂ ਆਵਾਜ਼ ਕੀ ਆਈ ਹੈ ਕਾਬਲੇ ਸਮਾਤ ਹੋਵੇ ਤੂੰ ਝੁੱਕ ਸੋਹਣੇ ਦੇ ਬੂਵੇ ਤੇ ਤੂੰ ਝੁੱਕ ਸੋਹਣੇ ਦੇ ਬੂਵੇ ਤੇ ਤੂੰ ਝੁੱਕ ਸੋਹਣੇ ਦੇ ਬੂਵੇ ਤੇ ਸਦਕਾ ਤੂੰ ਮੰਗੀ ਹੱਸਦੈ ਨਿਦਾ ਸਦਕਾ ਅਤਾਵਾ ਧੀਆ ਵੇਖੇ ਤੂੰ ਮੰਗੀ ਹੱਸਦੈ ਨਿਦਾ ਸਦਕਾ ਅਤਾਵਾ ਹੋ ਧੀਆ ਵੇਖੀ ਤੂੰ ਮੰਗੀ ਹੱਸਦੈ ਦਾ ਸਦਕਾ ਤੂੰ ਮੰਗੇ ਹੱਸਣੈ ਨਿਦਾ ਸਦਕਾ ਅਤਾਵਾ ਧੀਆ ਵੇਖੀ ਹੋ ਧੀਆ ਵੇਖੀ ਤੂੰ ਮੰਗੇ ਹੱਸਣੈ ਨਿਦਾ ਸਦਕਾ ਅਤਾਵਾ ਧੀਆ ਵੇਖੀ ਤੂੰ ਮੰਗੇ ਹੱਸਣੈ ਨਿਦਾ ਸਦਾ ਸਦਕਾ ਤੂੰ ਮੰਗੀ ਆਪਾ ਸਦਾ ਸਦਕਾ ਅਤਾਵਾ ਧੀਆ ਵੇਖੀ ਮੰਗੀ ਆਪਾ ਸਦਾ ਸਦਕਾ ਤੂੰ ਮੰਗੀ ਗਾਜੀ ਆਪਾ ਸਦਾ ਸਦਕਾ ਅਤਾਵਾ
ये तो वफादार को अब्बास बना देते हैं तू मग हसने का सदका ਭਾਈ ਨੇ ਸਪੈਸ਼ਲ ਐਲਾਨ ਕੀਤਾ ਹੈ ਕਿ ਸਦਾਤ ਦੇ ਇਖਤਰਾਮ ਵਾਸਤੇ ਉੱਠ ਕੇ ਖੜੇ ਹੋ ਇਹ ਹੱਕ ਔਰ ਸੱਚ ਅਗਰ ਕਿਸੇ ਦਾ ਇਖਤਰਾਮ ਕਾਇਨਾਤ ਤੇ ਵਾਜਬ ਹੈ ਤੇ ਉਹ ਸੈਯਦ ਹੈ ਉਹ ਸੈਯਦ ਦੀ ਜ਼ਾਤ ਹੈ ਸੈਯਦ ਦਾ ਭਾਵੇਂ ਛੋਟਾ ਬੱਚਾ ਹੈ ਨਾ ਉਹਨੂੰ ਵੀ ਸਲਾਮ ਹੈ ते आशक लिख जाए मुर्शद हया कर इस धरती ते ਧਰਤੀ ਤੇ ਨਬੀ ਦੀ ਯਾਦ ਦਾ ਹਰ ਦਮ ਤੇ ਤੈਨੂੰ ਬੈਨੀਫਿਟ ਪਤਾ ਕੀ ਮਿਲੇਗਾ ਕਬਰ ਵਿੱਚ ਆਪਣੀਆਂ ਬੰਦਿਆ ਕਬਰ ਵਿੱਚ ਆਪਣੀਆਂ ਬੰਦਿਆ ਹਯਾ ਦੀਆ ਵੇਖੀ ਹੋ ਦੀਆ ਵੇਖੀ ਕਬਰ ਵਿੱਚ ਆਪਣੀਆਂ ਪਿੱਛੇ ਜਾ ਕੇ ਬਹਿ ਗਏ ਇਹ ਫਿਕਰਾਂ ਤੁਹਾਡੀ ਝੋਲੀ ਚ ਕਾਬਲੇ ਗੌਰ ਹੋ ਗਏ ਹੁਸੈਨ ਬਿਨੇ ਅਲੀ ਦਾ ਬਲੀ ਹੁਸੈਨ ਬਿਨੇ ਅਲੀ ਦਾ ਬਲੀ ਤੇ ਲਾਨਤ ਕਰੀ ਯਜ਼ੀਦਾਂ ਤੇ ਆਲੇ ਰਸੂਲ ਦੇ ਦੁਸ਼ਮਣਾਂ ਤੇ ਲਾਨਤ ਕਰਦਾ ਹੈ ਆਲੇ ਰਸੂਲ ਦੇ ਦੁਸ਼ਮਣਾਂ ਤੇ ਲਾਨਤ ਕਰਦਾ ਤੇ ਕੋਈ ਐਸਾ ਮੁਸਲਮਾਨ ਨਹੀਂ ਜਿਹੜਾ ਆਲੇ ਰਸੂਲ ਦੇ ਦੁਸ਼ਮਣ ਤੇ ਲਾਨਤ ਨਹੀਂ ਕਰਦਾ ਔਰ ਆਸ਼ਿਕ ਲਿਖਦਾ ਹੈ ਅਗਰ ਹੁਸੈਨ ਇਬਨ ਅਲੀ ਨਾਲ ਪਿਆਰ ਹੀ ਨਾ ਤੇ ਲਾਨਤ ਕਰ ਯਜ਼ੀਦ ਤੂੰ ਨੇੜੇ ਰੱਬ ਦੀਆਂ ਆਪਣੇ ਤੂੰ ਨੇੜੇ ਰੱਬ ਦੀਆਂ ਆਪਣੇ ਰਜ਼ਾ ਆਹ
ਦੱਸ ਦੇ ਕਿਸੇ ਤੇ ਫੇਰ ਤੂੰ ਪੈਦਾ ਆਪਣੀ ਨਸਲਾਂ ਵਿੱਚ ਤੂੰ ਪੈਦਾ ਆਪਣੀ ਨਸਲਾਂ ਵਿੱਚ ਵਫਾਵਾ ਦੀਆਂ ਵੇਖੀ سوني دبو بيت